ਕਾਜੀ ਰੁਕਮਦੀਨ 360 ਸਵਾਲ ਕਰਦਾ ਗੁਰੂ ਨਾਨਕ ਦੇ ਮੱਕੇ ਦੇ ਅੰਦਰ ਸਾਰੇ ਸਵਾਲ ਮੁੱਕ ਗਏ। ਅਫਸੋਸ ਹੈ ਕਿ ਇਹ ਪੂਰਾ ਵੇਰਵਾ ਸਾਨੂੰ ਦੋ ਪੁਸਤਕਾਂ ਵਿੱਚੋਂ ਮਿਲਣਾ ਸੀ, ਅੱਜ ਉਹ ਪੁਸਤਕਾਂ ਜਿਹੜੀਆਂ ਨੇ ਸਾਡੇ ਸਾਹਮਣੇ ਨਹੀਂ ਆ ਰਹੀਆਂ। ਬਹੁਤ ਕੋਸ਼ਿਸ਼ ਕੀਤੀ, ਮੱਕੇ ਦੀ ਲਾਇਬ੍ਰੇਰੀ ਵਿੱਚ ਸਨ, ਅੱਜ ਤੋਂ ਕੋਈ 60-70 ਸਾਲ ਪਹਿਲਾਂ ਦੋਨੇ ਪੁਸਤਕਾਂ ਪਈਆਂ ਸੀ। ਇੱਕ ਦਾ ਨਾਮ ਹੈ ਫੱਕਰ ਬਾਬਾ ਨਾਨਕ, ਉਹਦਾ ਹੈਡਿੰਗ ਹੈ, ਦੂਸਰੀ ਹੈ ਤਾਰੀਖ ਏ ਅਰਬ, ਉਹਦੇ ਵਿੱਚ ਜਿਹੜੀਆਂ ਸਾਖੀਆਂ ਨੇ ਸਾਡੀਆਂ ਸਾਖੀਆਂ ਤੋਂ ਕਿਤੇ ਜ਼ਿਆਦਾ ਮਹਾਨਤਾ ਰੱਖਣ ਵਾਲੀਆਂ। ਔਰ ਉਸ ਦੇ ਵਿੱਚ ਲਿਖਿਆ, ਜਿਹੜਾ ਲੇਖਕ ਇੱਕ ਇਸਲਾਮ ਦਾ ਬੰਦਾ ਹੈ ਔਰ ਲਿਖਾਰੀ ਇਸਲਾਮ ਦਾ ਬੰਦਾ ਹੈ, ਉਹ ਕਹਿੰਦਾ ਮੈਂ ਚਸ਼ਮਦੀਦ ਗਵਾਹ ਹਾਂ, ਮੱਕਾ ਗੁਰੂ ਦੇ ਚਰਨਾਂ ਨਾਲ ਫਿਰਿਆ ਸੀ। ਉਹਦੇ ਵਿੱਚ ਲਿਖਿਆ, ਉਹ ਬੜੀ ਕਮਾਲ ਦੀ ਗੱਲ ਲਿਖਿਆ ਕਿ 360 ਸਵਾਲ ਕਰਨ ਤੋਂ ਬਾਅਦ ਕਾਜੀ ਰੁਕਮਦੀਨ ਦੇ ਸਵਾਲ ਮੁੱਕ ਗਏ। ਉਹਨੇ ਹੱਥ ਜੋੜ ਕੇ ਕਿਹਾ, ਦਾਤਾ ਐ ਮੇਰੇ ਅੱਲਾਹ, ਹੁਣ ਸਵਾਲ ਕੋਈ ਨਹੀਂ, ਹੁਣ ਸਮਰਪਿਤ ਭਾਵਨਾ ਜਾਗੀ ਹੈ, ਅੱਖਾਂ 'ਚ ਹੰਝੂ ਵਗਦੇ ਨੇ। ਮਹਾਰਾਜ ਕਹਿੰਦੇ ਕੀ ਹੋ ਗਿਆ ਤੈਨੂੰ ਕਾਜੀ, ਹੁਣ ਸਵਾਲ ਕਰਦਾ ਸੀ? ਕਹਿੰਦਾ ਜੀ ਸਵਾਲ ਅਣਜਾਣਪਣੇ ਦੇ ਸੀ ਦਾਤਾ, ਮੇਰੇ ਸਮਝ ਆ ਗਈ ਅਤੇ ਮੈਨੂੰ ਅੱਲਾਹ ਨਿਵਾਜਣ ਵਾਸਤੇ ਆਏ, ਦਰਸ਼ਨ ਦੀਦਾਰ ਦੇਣ ਵਾਸਤੇ ਆਏ, ਬਸ ਹੁਣ ਤੂੰ ਮੇਰੇ 'ਤੇ ਇੱਕ ਰਹਿਮਤ ਕਰ ਦੇ, ਬੋਲੋ ਮੈਨੂੰ ਇੱਕ ਵਾਰੀ ਆਪਣੀ ਰਸਨਾ 'ਤੇ ਕਹਿ ਦੇ ਕਿ ਕਾਜੀ ਰੁਕਮਦੀਨ ਤੂੰ ਮੇਰਾ ਮਰੀਦ ਹੋਇਆ, ਇੰਨੀ ਗੱਲ ਕਹਿ ਦੇ। ਮਹਾਰਾਜ ਕਹਿੰਦੇ ਨਹੀਂ, ਇਹਦੇ ਲਈ ਇੱਕ ਰਸਮ ਹੈ, ਚਰਨਾਮਤ ਦਿੱਤਾ ਜਾਂਦਾ, ਗੁਰਮੰਤਰ ਦਿੱਤਾ ਜਾਂਦਾ, ਉਹਦੇ ਲਈ ਪਾਣੀ ਚਾਹੀਦਾ, ਫਿਰ ਮੈਂ ਤੈਨੂੰ ਸ਼ਿਸ਼ ਬਣਾਉ। ਕਹਿਣ ਲੱਗਾ ਜੀ ਫਿਰ ਮੈਂ ਪਾਣੀ ਲੈ ਕੇ ਆਉਣਾ, ਪਰ ਦੂਰ ਤੋਂ ਪਾਣੀ ਮਿਲੇਗਾ, ਇੱਥੇ ਨੇੜੇ ਨਹੀਂ ਮਿਲੇਗਾ। ਮਹਾਰਾਜ ਕਹਿੰਦੇ ਸਭ ਖੁਦਾ ਦਾ ਪਾਣੀ ਪੀਤਾ, ਆਪ ਜੀ ਨੇ ਇੱਕ ਚਰਨ ਛੁਆਇਆ ਅਤੇ ਉੱਥੇ ਪਾਣੀ ਦਾ ਫੁਹਾਰਾ ਫੁੱਟਿਆ ਅਤੇ ਅੱਜ ਤੱਕ ਫੁੱਟਿਆ ਹੋਇਆ ਮੱਕੇ ਦੇ ਅੰਦਰ। ਕਾਜੀ ਨੇ ਉੱਥੇ ਜਲ ਲਿਆ, ਅੰਗੂਠਾ ਮਹਾਰਾਜ ਸਾਹਿਬ ਜੀ ਨੇ ਸੱਜਾ ਧੋ ਕੇ ਜਦੋਂ ਪੀਤਾ, ਉਹਦੇ ਕਪਾਟ ਖੁੱਲ੍ਹੇ, ਉਹਨੇ ਕਿਹਾ ਓਹੋ ਜਿਹਨਾਂ ਚਰਨਾਂ 'ਚ ਐਡੀ ਕਰਾਮਾਤ ਹੈ, ਇੱਕ ਬੂੰਦ ਪੀਣ ਦੇ ਨਾਲ ਮੈਨੂੰ ਇਹ ਕੁਛ ਪ੍ਰਾਪਤ ਹੋਇਆ। ਉਹਨੇ ਕਿਹਾ ਦਾਤਾ ਜੇ ਮੈਨੂੰ ਆ ਗਿਆ ਕਰੋ, ਮੈਂ ਤੇਰਾ ਚਰਨ ਚੁੰਮਣਾ ਚਾਹੁੰਦਾ। ਇਹ ਦਸਤਪੋਸ਼ੀ ਵੀ ਕਰਦੇ, ਹੱਥ ਵੀ ਚੁੰਮ ਲੈਂਦੇ ਆ ਫੜ ਕੇ। ਕਾਜੀ ਨੇ ਅੰਗੂਠਾ ਗੁਰੂ ਸਾਹਿਬ ਜੀ ਦਾ ਮੂੰਹ ਵਿੱਚ ਪਾ ਲਿਆ। ਇਤਿਹਾਸ ਕਹਿੰਦਾ ਬੜੀ ਦੇਰ ਤੱਕ ਉਹਨੇ ਸਮਾਧੀ ਲੱਗ ਗਈ, ਆਨੰਦ ਵਿੱਚ ਰਿਹਾ। ਕੋਲ ਬੈਠੇ ਪ੍ਰੇਮੀਆਂ ਨੇ ਕਿਹਾ ਕਿ ਐਸਾ ਕਿਉਂ ਹੋ ਰਿਹਾ? ਮਹਾਰਾਜ ਕਹਿੰਦੇ ਨਹੀਂ, ਇਹ ਟਿਕਾ ਰਹਿਣ ਵਾਲੇ ਹਨ, ਸਮਾਧੀ ਖੁੱਲਦੀ ਹੈ। ਕਹਿੰਦਾ ਦਾਤਾ ਮੇਰੇ ਲਈ ਹੁਣ ਮੇਰੇ ਅੱਲਾਹ ਕੀ ਹੁਕਮ ਹੈ? ਮਹਾਰਾਜ ਕਹਿੰਦੇ ਜੋ ਅਨੁਭਵ ਕਰੇ ਉਹੀ ਬੋਲੀ, ਝੂਠ ਨਹੀਂ ਕਦੇ ਬੋਲਣਾ। ਕਿੰਨੇ ਦਿਨਾਂ ਦੀ ਸਮਾਧੀ ਲੱਗਦੀ ਹੈ, ਪਿੱਛੇ ਤੋਂ ਮੱਕੇ 'ਚ ਤੂਫਾਨ ਉੱਠਦਾ, ਸ਼ਾਹ ਮੱਕੇ ਦੇ ਕੋਲ ਦੀ ਪੇਸ਼ੀ ਹੁੰਦੀ ਹੈ, ਸਿੱਖ ਕੌਮ ਦਾ ਪਹਿਲਾ ਸ਼ਹੀਦ ਭਾਈ ਰੁਕਮਦੀਨ ਬਣਦਾ ਹੈ। ਪਰ ਅਫਸੋਸ ਹੈ ਸਾਡੇ ਲੇਖਕਾਂ ਤੋਂ ਇਸ ਕਰਕੇ ਪਰੇ ਰਹਿ ਗਿਆ ਕਿਉਂਕਿ ਉਹ ਉਹਨਾਂ ਇਤਿਹਾਸਾਂ ਦੇ ਵਿੱਚ ਜੀ ਜੋ ਸਾਡੇ ਹੱਥ ਨਾਲ ਲੱਗੇ। ਗਲਤੀ ਨਹੀਂ ਮੈਂ ਕਹਿੰਦਾ ਕਿਸੇ ਦੀ, ਪਰ ਅੱਜ ਵੀ ਇਹ ਭਾਲ ਜਾਰੀ ਹੈ, ਉੱਥੇ ਸੰਪਰਕ ਕੀਤਾ ਹੋਇਆ ਇੱਕ ਸਤਿਕਾਰਯੋਗ ਬਹੁਤ ਵੱਡੀ ਹਸਤੀ ਇਸਲਾਮ ਦੇ ਜਿਹੜੇ ਗੁਰੂ ਘਰ ਨਾਲ ਪਿਆਰ ਕਰਦੇ। ਖੈਰ, ਤੇ ਸ਼ਾਹ ਮੱਕੇ ਦੀ ਪੇਸ਼ੀ ਹੋਈ ਕਿ ਤੂੰ ਕੁਫਰ ਬੋਲਦਾ, ਤੂੰ ਕਹਿੰਦਾ ਕੁਰਾਨ ਤੋਂ ਵੀ ਕੋਈ ਬਾਣੀ ਉੱਚੀ ਹੈ, ਇਸ ਅਪਰਾਧ ਦੇ ਵਿੱਚ ਤੈਨੂੰ ਸਜਾਏ ਮੌਤ। ਕਾਜੀ ਨੇ ਫਤਵਾ ਦੇ ਦਿੱਤਾ। ਉਹ ਹੱਸ ਕੇ ਕਹਿਣ ਲੱਗਾ ਮੈਨੂੰ ਮੌਤ ਦਾ ਕੋਈ ਡਰ ਨਹੀਂ, ਜੋ ਕੁਛ ਮੈਂ ਪਾਉਣਾ ਸੀ ਪਾ ਲਿਆ, ਹੁਣ ਤਾਂ ਬਾਕੀ ਆ ਠੀਕ ਕਰਿਆ ਤੇਰੇ ਮਨ। ਪਰ ਇਹ ਦੱਸ, ਉੱਥੇ ਲਿਖਿਆ ਸੀ ਕਿ ਮਰਨ ਵਾਲੇ ਨੂੰ ਇਹ ਖੁੱਲ੍ਹ ਸੀ ਵੀ ਭਾਵੇਂ ਸਰਕਾਰ ਨੂੰ ਗਾਲਾਂ ਕੱਢ ਲਵੇ, ਉਹ ਕਲਮਬੰਦ ਕੀਤੀਆਂ ਜਾਂਦੀ, ਉਹ ਕਲਮਬੰਦ ਹੋਏ ਉਹਦੇ ਵਿਆਹ ਕਾਜੀ ਦੇ। ਉਹ ਕਹਿੰਦਾ ਇਸ ਸੰਸਾਰ ਦੇ ਅੰਦਰ ਗੁਰੂ ਨਾਨਕ ਤੋਂ ਵੱਡਾ ਨਾ ਕੋਈ ਅਵਤਾਰ ਰਹਿਬਰ ਹੋਇਆ ਤੇ ਨਾ ਹੋਏਗਾ। ਲਿਖੋ, ਗੁਰੂ ਨਾਨਕ ਤੋਂ ਵੱਡੀ ਕੁਰਾਨ ਆਦਿ ਕੋਈ ਬਾਣੀ ਨਹੀਂ, ਨਾ ਹੈ ਨਾ ਹੋਏਗੀ। ਇਹ ਉਹਦੇ ਕਲਮਬੰਦ ਬਿਆਨ ਕੀਤੇ ਹੋਏ ਗੁਰੂ ਪਿਆਰਿਓ। ਔਰ ਇਹਨਾਂ ਨੂੰ ਪੜ੍ਹ ਕੇ ਸੈਯਦ ਪ੍ਰਿਥੀਪਾਲ ਦਾ ਪਿਤਾ ਇੰਨਾ ਪ੍ਰਭਾਵਿਤ ਹੋਇਆ ਤੇ ਉਹਦੇ ਪੁੱਤਰ ਨੇ ਕਹਿ ਦਿੱਤਾ ਕਿ ਪਿਤਾ ਜਿਸ ਗੁਰੂ ਨਾਨਕ ਦੀ ਮੱਕੇ 'ਚ ਐਡੀ ਮਹਾਨਤਾ ਹੈ, ਅਸੀਂ ਭੁੱਲੇ ਰਹੇ ਹਿੰਦੁਸਤਾਨ 'ਚ ਰਹਿਣ ਵਾਲੇ ਮੁਸਲਮਾਨ, ਮੈਂ ਗੁਰੂ ਨਾਨਕ ਦਾ ਸਿੱਖ ਬਣਨਾ, ਤੈਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਅੰਮ੍ਰਿਤਧਾਰੀ ਸਿੰਘ ਬਣਿਆ, ਕੋਟੇ ਦੇ ਅੰਦਰ ਰਿਹਾ, ਉਹਦੀ ਕਿਤਾਬ ਦੇ ਵਿੱਚੋਂ ਬਹੁਤ ਕੁਛ ਮਿਲਦਾ। ਖੈਰ, ਆਪਾਂ ਇੰਨਾ ਕੀ ਕਹਿ ਸਕਦੇ ਸੀ ਇਹਦੇ ਵਿੱਚ, ਜਿਸ ਚਰਨਾਂ ਨੇ ਕਾਜੀ ਰੁਕਮਦੀਨ ਨੂੰ ਇੰਨਾ ਮਸਤ ਕਰ ਦਿੱਤਾ, ਉਹਨੂੰ ਧਰਤੀ ਗਲ ਤੱਕ ਗੱਡ ਕੇ ਪੱਥਰ ਮਾਰ ਕੇ ਮਾਰਿਆ, ਤੇ ਗੁਰੂ ਨਾਨਕ ਦੇ ਨਿਸ਼ਾਵਰ ਹੋਣ ਵਾਲਾ ਪਹਿਲਾ ਸ਼ਹੀਦ ਸੀ ਇਹ। ਨੋਟ ਕਰਨਾ।